ਇਦਾਂ ਨਹੀਂ ਕੀਤਾ ਉਹਨਾਂ ਨੇ ਅਸੀਂ ਘਰ ਨਹੀਂ ਸੀ ਮੈਂ ਤੇ ਉਧਰ ਸੀ ਡੇਰੇ ਤੇ ਸੀ ਮਗਰੋਂ ਆ ਕੇ ਘਰ ਚ ਵੜ ਗਏ ਦੁਬਾਰਾ ਪੁੱਛੋ ਭਾਜੀ ਤੇ ਉਹਨਾਂ ਨੇ ਸਰਚ ਕੀਤੀ ਪੂਰੇ ਘਰ ਦੀ ਉਹਨਾਂ ਨੂੰ ਕੋਈ ਐਸੀ ਚੀਜ਼ ਤੇ ਕੋਈ ਮਿਲੀ ਨਹੀਂ ਉਹਦੀ ਜੀਤ ਲਾ ਦੇ ਇਧਰ ਆ ਗਏ ਤਲਾਸ਼ੀ ਕੀਤੀ ਘਰ ਦੇ ਵਿੱਚ ਵੀ ਤਲਾਸ਼ੀ ਕੀਤੀ ਕੀ ਉੱਥੇ ਉਹਨਾਂ ਨੇ ਇਹੋ ਜਿਹਾ ਕੀ ਮਿਲਿਆ ਜਿਹਦੇ ਨਾਲ ਫੋਰਸ ਇੰਨੀ ਪਹੁੰਚੀ ਸੀ ਪਤਾ ਨਹੀਂ ਫੋਰਸ ਉਦਾਂ ਹੀ ਡਰਾਮਾ ਹੀ ਕੀਤਾ ਫੋਰਸ ਦੀ ਕੀ ਲੋੜ ਸੀ ਤਵੀਂ ਵੀ ਇੱਥੇ ਦੇਖਦੇ ਕਿ ਕੋਈ ਇਸ ਤੋਂ ਕੋਈ ਵੈਲੈਂਸ ਵਾਲੀ ਤੇ ਕੋਈ ਗੱਲ ਨਹੀਂ ਸੀ ਅਸੀਂ ਉਹ ਵੀ ਸਵੇਰੇ 7 ਵਜੇ ਤੋਂ ਆਰਾਮ ਨਾਲ ਗਏ ਆਪਣੇ ਡੇਲੀ ਰੂਟੀਨ ਦਾ ਪ੍ਰੋਗਰਾਮ ਸੀ ਉੱਥੇ ਗਏ ਸੀ ਸਾਨੂੰ ਤੇ ਬਾਅਦ 'ਚ ਪਤਾ ਲੱਗਾ ਮੈਂ ਤੇ ਦਰਬਾਰ ਸਾਹਿਬ ਗਿਆ ਸੀ ਮੈਂ 10-11 ਵਜੇ ਘਰ ਆਇਆ ਹੁਣ ਨਹੀਂ ਜਦੋਂ ਨਹੀਂ ਜਿਹੜਾ ਅੰਮ੍ਰਿਤਪਾਲ ਸਿੰਘ ਜਿਹੜੇ ਖਾਲਸਾ ਵਹੀਰ ਚਲਾ ਰਹੇ ਨੇ ਥੱਲੇ ਰੱਖੋ ਯਾਰ ਭਾਈ ਥੱਲੇ ਪਰੇ ਕਰਮ ਉਹ ਸਾਰੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਰਲ ਕੇ ਨਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਤੇ ਜਿਹੜਾ ਕੋਈ ਬਚਾਉਣ ਵਾਲਾ ਉਹਦੇ ਖਿਲਾਫ ਜੇ ਕੋਈ ਮਾੜੇ ਮੋਟੀ ਥੱਲੇ ਕਰੋ ਪਤਾ ਨਹੀਂ ਵੀ ਕੀ ਹੋ ਰਿਹਾ ਨਹੀਂ ਅਜਨਾਲਾ ਕਾਂਡ ਨੂੰ ਲੈ ਕੇ ਕਹਿ ਰਹੇ ਨੇ ਵੀ 307 ਦਾ ਪਰਚਾ ਕੀਤਾ ਹੋਰ ਵੀ ਕਈ ਨੌਜਵਾਨ ਉੱਥੇ ਜਿਹੜੇ ਉਹਨਾਂ ਨੂੰ ਕਈ ਕਹਿ ਰਹੇ ਨੇ ਸਾਨੂੰ ਭਜਾਇਆ ਗਿਆ ਉੱਥੋਂ ਵੀ ਤੁਸੀਂ ਨਸ਼ਾ ਚੜਨਾ ਇੱਥੋਂ ਭਾਜੋ ਸਰਕਾਰ ਹੀ ਦੇਖਦੀ ਅਸੀਂ ਤੇ ਕੋਈ ਅਸੀਂ ਤੇ ਨੋਰਮਲ ਆਪਣਾ ਕੰਮ ਕਰਨ ਡੇ ਸਾ ਲੋਕਾਂ ਨੂੰ ਉਹ ਵੀ ਨਸ਼ੇ ਨੂੰ ਬਚਾਉਣ ਡੇ ਸੀ ਤੁਹਾਡੇ ਸਾਹਮਣੇ ਉੱਥੇ ਕਿੰਨੇ ਲੋਕ ਆਉਂਦੇ ਆ ਕਿੰਨੇ ਛੱਡ ਕੇ ਜਾਂਦੇ ਬਾਕੀ ਅਸੀਂ ਤੇ ਕੁਛ ਨਹੀਂ ਕਹਿ ਸਕਦੇ ਬਾਕੀ ਚਲੋ ਹੁਣ ਸਰਕਾਰ ਆਪਣਾ ਕੰਮ ਕਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਵੀ ਇੱਕ ਕਹਿ ਰਹੇ ਨੇ ਭਾਈ ਅਮਰ ਸਾਡੇ ਕੋਲ ਕੋਈ ਸੂਚਨਾ ਨਹੀਂ ਤੇ ਅਸੀਂ ਵੀ ਸੋਚਦੇ ਮੈਨੂੰ ਗ੍ਰਿਫਤਾਰ ਕਰ ਲਿਆ ਹੋਊਗਾ ਪਰ ਇਹ ਅਜੇ ਸ਼ੋਅ ਨਹੀਂ ਕਰਦੇ ਮੈਨੂੰ ਜਾਣਕਾਰੀ ਦਿੱਤੀ ਇਸ ਬਾਬਤ ਵੀ ਕਿਉਂ ਸਰਚ ਕਰ ਰਹੇ ਨੇ ਕੀ ਚਾਹੀਦਾ ਕੀ ਮੁੱਖ ਕਾਰਨ ਕੀ ਹੈ ਸਰਚ ਦਾ ਉਹ ਕਹਿੰਦੇ ਸੀ ਅਸੀਂ ਜੀ ਉਹ ਉਹ ਅੰਮ੍ਰਿਤਪਾਲ ਦੇ ਜਾਂ ਉਹਨਾਂ ਦੇ ਨਾਲ ਦੇ ਬੰਦਿਆਂ ਦੇ ਇਹ ਵਜ੍ਹਾ ਨਾਲ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਕਰਨੀ ਹੈ ਸ਼ਾਇਦ ਕੋਈ ਚੀਜ਼ ਗੈਰ ਕਾਨੂੰਨੀ ਹੋਵੇ ਠੀਕ ਹੈ ਕਰ ਲਓ ਕੋਈ ਬਰਾਮਦਗੀ ਕੋਈ ਲੱਗੀ ਤੁਹਾਡਾ ਕੁਛ ਨਹੀਂ ਤੁਹਾਡਾ ਬੇਟਾ ਹੈ ਅੰਮ੍ਰਿਤਪਾਲ ਕਿੰਨਾ ਚਿਰ ਚੱਲੀ ਦੀ ਤਲਾਸ਼ੀ ਸਾਨੂੰ ਤੇ ਪ੍ਰੋਪਰਲੀ ਉਹਨਾਂ ਦੇ ਨਾਵਾਂ ਦਾ ਵੀ ਨਹੀਂ ਪਤਾ ਪਾਪਾ ਜੀ ਤੁਹਾਡੇ ਘਰੋਂ ਕੋਈ ਲੈ ਪਿੰਡ ਦੇ ਵਿੱਚੋਂ ਦੋ ਬੰਦੇ ਕੋਈ ਪਤਾ ਨਹੀਂ ਫਿਰ ਮੈਨੂੰ ਨਹੀਂ ਅਜੇ ਇਹਦੇ ਬਾਰੇ ਨਹੀਂ ਤੁਹਾਡੇ ਘਰੋਂ ਕੋਈ ਪਰਿਵਾਰਕ ਮੈਂਬਰ ਖੜਿਆ ਉਹਨਾਂ ਦੇ ਨਾਲ ਪੁਲਿਸ ਨਾਲ ਗੱਲਬਾਤ ਕੋਈ ਹੋਈ ਤੁਹਾਡੀ ਨਹੀਂ ਸਾਡੇ ਨਾਲ ਉਹਨਾਂ ਨੇ ਹੋਈ ਸੀ ਉਹ ਸਰਚ ਪੂਰੀ ਕਰਕੇ ਕਹਿੰਦੇ ਚਲੇ ਜੀ ਕੁਛ ਬੰਦੇ ਸੀ ਇੱਥੇ ਔਨ ਡਿਊਟੀ ਕਰਾਂਗੇ ਕੱਲ੍ਹ ਤੱਕ ਜਾਗਰਤੀ ਨਾ ਹੋਵੇ ਜੋ ਅਸੀਂ ਕਹੀ ਜਾਂਦੇ ਉਹ ਹੀ ਮੰਨੀ ਜਾਣ ਬਸ ਹੁਣ ਤੁਸੀਂ ਦੇਖ ਲਓ ਅੰਮ੍ਰਿਤਪਾਲ ਤੇ ਅਜੇ 8-10 ਮਹੀਨੇ ਤੋਂ ਆਇਆ ਹੋਊਗਾ ਇੱਥੇ ਉਦੋਂ ਪਹਿਲਾਂ ਤੋਂ ਤੇ ਇੱਥੇ ਵਿਰੋਧ ਕਰਨ ਵਾਲੇ ਸਾਰੇ ਇੱਥੇ ਸੀ ਉਦੋਂ ਤਾਂ ਪੰਜਾਬ ਨੂੰ ਕਿਉਂ ਨਹੀਂ ਠੀਕ ਕੀਤਾ ਉਹ ਡਰੱਗ ਤੋਂ ਨਹੀਂ ਕਿਉਂ ਕੱਢਦੇ ਉਦੋਂ ਹੋਰ ਕ੍ਰਾਈਮ ਤੋਂ ਕਿਉਂ ਨਹੀਂ ਬਚਾ ਰਹੇ ਗੈਂਗਸਟਰ ਵਾ ਰਿਹਾ ਹੋਰ ਕਿੰਨੀਆਂ ਮੁਸੀਬਤਾਂ ਇੱਥੇ ਪੰਜਾਬ 'ਚ ਹੈ ਪੋਲਿਊਸ਼ਨ ਕਿੰਨਾ ਵਾ ਕਿ ਹੋਰ ਇਹੋ ਹੀ ਕੰਮ ਰਹਿ ਗਿਆ ਇਹਨਾਂ ਨੂੰ ਸਾਰਿਆਂ ਨੂੰ ਜ਼ਿਲ੍ਹਾ ਜਲਾਰਨ ਬਿਸ਼ਨੋਈ ਨੇ ਵੀ ਕਿਹਾ ਕਿ ਅੰਮ੍ਰਿਤਪਾਲ ਖਾਲਿਸਤਾਨ ਦਾ ਗਲਤ ਕਰ ਰਿਹਾ ਮੈਂ ਦੇਸ਼ ਭਗਤ ਹਾਂ ਉਹ ਚਲੋ ਉਹ ਜੋ ਉਹ ਤੇ ਆਪਣਾ ਜੋ ਕਰ ਰਹੇ ਉਹ ਦੇਸ਼ ਭਗਤੀ ਕਿੰਨੀ ਕਰ ਰਹੇ ਉਹ ਸਾਰਿਆਂ ਨੂੰ ਤੁਹਾਨੂੰ ਵੀ ਪਤਾ ਹੀ ਸਾਹਮਣੇ ਦੇਖਦੇ ਸਾਹਮਣੇ ਮੋਹਾਲੀ ਦੇ ਵਿੱਚ ਮੈਂ ਕਹਿੰਦੀ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹੈਗੀਆਂ ਵਾਂ ਗ੍ਰਿਫਤਾਰੀ ਦਾ ਜਿਹੜਾ ਜਾਂ ਇਹ ਖਬਰਾਂ ਅਸ਼ਰ ਹੋਈਆਂ ਜਦੋਂ ਤਾਂ ਮੋਹਾਲੀ ਦੇ ਵਿੱਚ ਸਿੱਖ ਕਾਰਕੁਨਾਂ ਵੱਲੋਂ ਜਿਹੜਾ ਹੈਗਾ ਹੈ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਹੜੇ ਲੋਕ ਜੁੜੇ ਹੋਏ ਹੈਗੇ ਆ ਕੀ ਸੁਨੇਹਾ ਉਹਨਾਂ ਨੂੰ ਦੇਣਾ ਚਾਹੁੰਦੇ ਹੈਗੇ ਆ ਪੀਸਫੁਲੀ ਮਾਹੌਲ ਦੀ ਗੱਲ ਜਿਹੜੀ ਹੈਗੀ ਆ ਉਹ ਸਾਰੇ ਚੈਨਲਾਂ ਵੱਲੋਂ ਵੀ ਕਹੀ ਜਾ ਰਹੀ ਆ ਸਮੂਹ ਸਰਕਾਰ ਵੀ ਕਹਿ ਰਹੀ ਹੈਗੀ ਕਿ ਸ਼ਾਂਤੀ ਬਣਾਈ ਰੱਖੋ ਅਸੀਂ ਸਾਰੇ ਜਿਹੜੇ ਉਹਦੇ ਸਮਰਥਕ ਵੀ ਉਹਨਾਂ ਨੂੰ ਵੀ ਕਹਾਂਗਾ ਪੀਸਫੁਲੀ ਪ੍ਰੋਟੈਸਟ ਕਰੋ ਤੁਸੀਂ ਬੋਲੋ ਕੋਈ ਵਾਇਲੈਂਸ ਦੀ ਅਸੀਂ ਨਹੀਂ ਕਿਹਾ ਸ਼ਾਂਤੀ ਦੀ ਕੀ ਅਪੀਲ ਕਰਨਾ ਚਾਹੋਗੇ ਸ਼ਾਂਤੀ ਤੇ ਅਸੀਂ ਗਵਰਨਮੈਂਟ ਨੂੰ ਵੀ ਕਹਿੰਦੇ ਕਿ ਇਨਸਾਫ ਕਰੋ ਲੋਕਾਂ ਨੂੰ ਅੰਮ੍ਰਿਤਪਾਲ ਵਰਗਿਆਂ ਨੂੰ ਨਾ ਕੰਮ ਕਰਨਾ ਪਵੇ ਜੇ ਤੁਸੀਂ ਆਪਣੀ ਡਿਊਟੀ ਪੂਰੀ ਕਰੀ ਜਾਓ ਭਾਈ ਸਾਹਿਬ ਅੰਮ੍ਰਿਤਪਾਲ ਦੇ ਸਮਰਥਕ ਪਹੁੰਚ ਰਹੇ ਨੇ ਪਿੰਡਾਂ ਦੇ ਵਿੱਚ ਪਰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਉਹਨਾਂ ਸਮਰਥਕਾਂ ਨੂੰ ਕੀ ਬੇਨਤੀ ਕਰ ਦਿਓ ਕੀ ਅਪੀਲ ਕਰ ਦਿਓ ਉਹਨਾਂ ਨੂੰ ਕਹਿੰਦੇ ਵਾਹਿਗੁਰੂ ਦਾ ਨਾਮ ਲਓ ਅਰਦਾਸ ਕਰੋ ਤੇ ਗੜੀ ਬਸ ਬਾਕੀ ਠੀਕ ਹੈ ਕਿ ਅੱਜ ਨਾ ਆਉਣ ਦੇਣਗੇ ਕੱਲ੍ਹ ਨੂੰ ਆਪਣੇ ਜਿੱਥੇ ਜਿੱਥੇ ਹੈਗੇ ਉੱਥੇ ਉੱਥੇ ਆਪਣਾ ਯੋਗਦਾਨ ਲੱਗਦਾ ਨਹੀਂ ਇਸ ਤਰ੍ਹਾਂ ਦੀ ਪੁਲਿਸ ਦੀ ਕਾਰਵਾਈ ਦੇ ਨਾਲ ਜਿਹੜੇ ਸਮਰਥਕ ਹੈ ਉਹਨਾਂ ਦੇ ਹੌਸਲੇ ਜਿਹੜੇ ਟੁੱਟਦੇ ਵੀ ਥੋੜ੍ਹਾ ਨਹੀਂ ਇੱਦਾਂ ਕਿ ਹੌਸਲੇ ਜਿਹੜੇ ਸਮਰਥਕ ਆ ਉਹ ਜਿਹੜੇ ਪੱਕੇ ਸਮਰਥਕ ਹੋਏ ਉਹਨਾਂ ਦੇ ਹੌਸਲੇ ਨਹੀਂ ਟੁੱਟਦੇ ਉਹਨਾਂ ਨੂੰ ਨਾ ਜੇਲ੍ਹਾਂ ਡਰਾ ਸਕਦੀਆਂ ਨਾ ਕੋਈ ਫਾਂਸੀ ਡਰਾ ਸਕਦੀ ਬਾਬਾ ਜਿਹੜੇ ਚੱਲੋ ਇੱਕ ਅਖੀਰੀ ਸਵਾਲ ਹੈ ਵੀ ਜਿਹੜਾ ਨੈੱਟ ਬੰਦ ਕਰ ਦਿੱਤਾ ਗਿਆ ਇੰਟਰਨੈਟ ਬੰਦ ਕਰ ਦਿੱਤਾ ਗਿਆ ਵੱਖ ਵੱਖ ਜਗ੍ਹਾਵਾਂ ਦੇ ਉੱਪਰ ਤੁਹਾਨੂੰ ਕੀ ਲੱਗਦਾ ਥੋੜ੍ਹੀ ਆਵਾਜ਼ ਦਬਾਉਣ ਕਰਕੇ ਕੀਤਾ ਗਿਆ ਜਾਂ ਕੋਈ ਹੋਰ ਕਰਮ ਹੀ ਹੋ ਸਕਦਾ
अमृतपाल जी वास्ते किस तरह वेखदे पे उन्होंने भी कहा मेरी जान नूं खतरा हो सकदा हो सकता सानू भी ये डाउट है भी कुछ भी वापर सकता कि उन्हें जान नू खतरा हो सकता पर जिस तरह आज कणकां दे विच भजाया वा नाम दस्स दे मैं तरसेम सिंह ठीक है चल रहा है अजी चल रहा हां चल ते कद तक चलेगा कल तक देखो हो जी जी सर किड्डा की होया कि थोड़ा अपडेट सानू दस्स दियो कि डिटेल नहीं ब्रदर डिटेल दे नहीं अजी कर सकदे चल रहा है अजी अजी चल रहा है अजी असि कुछ नहीं कर सकदे नहीं रोकया गया किसी गल करके घर घर नो नो जानदे पिंड वाला कोई रोकया नहीं गया सारे जा रहे जी कोई प्रॉब्लम पुलिस है नहीं तैनात कारण कोई कोई अजी अजी डिस्क्लोज नहीं कर सकते अजी असि चल रहा साडा सिस्टम उस तो बाद फिर करांगे सीनियर अफसर दसणगे बाद तुहानू ब्रीफ करांगे ठीक है जी।